ਦੁਬਈ ਦੇ ਨਾਮੀ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਡਾਕਟਰ ਐਸ ਬੀ ਓਬਰਾਏ ਦੇ ਯਤਨਾਂ ਨਾਲ ਅੰਮ੍ਰਿਤਸਰ ਦੇ ਜਗਦੀਸ਼ ਨਾਂ ਦੇ ਨੌਜਵਾਨ ਦੀ ਲਾਸ਼ ਨੂੰ ਉਸਦੇ ਪਰਿਵਾਰ ਤੱਕ ਪਹੁੰਚਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਡਾਕਟਰ ਐਸ ਪੀ ਓਬਰਾਏ ਨੇ ਦੱਸਿਆ ਕਿ ਜਗਦੀਸ਼ ਸਿੰਘ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਲਈ ਲਗਭਗ 2 ਸਾਲ ਪਹਿਲੇ ਦੁਬਈ ਵਿੱਚ ਆਇਆ ਸੀ ਅਤੇ ਅਚਾਨਕ 17 ਨਵੰਬਰ ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਤੇ ਉਸਦੀ ਮੌਤ ਹੋ ਗਈ। ਜੋ ਸਾਡਾ ਭਨੇਵਾਂ ਪਿੰਡ ਕੋਲੋਵਾਲ ਤੋਂ ਦੁਬਈ ਦੇ ਮਿਹਨਤ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਉਹਦਾ ਨਾਂ ਜਗਦੀਸ਼ ਸਿੰਘ ਸੀ, ਜੋ ਕਿ ਸਾਨੂੰ 17 ਤਰੀਕ ਨੂੰ ਸਵੇਰੇ ਫੋਨ ਆਇਆ, ਪਤਾ ਲੱਗਾ ਕਿ ਬਾਥਰੂਮ ਦੇ ਵਿੱਚ ਗਿਆ ਅਤੇ ਉੱਥੇ ਉਹਨੂੰ ਅਟੈਕ ਹੋ ਗਿਆ। ਨਾਲ ਦੇ ਮੁੰਡਿਆਂ ਨੇ ਜਾ ਕੇ ਵੇਖਿਆ ਅਤੇ ਬਾਥਰੂਮ ਵਿੱਚ ਡੈੱਡ ਬੋਡੀ ਪਈ ਸੀ। ਹਾਂਜੀ, ਡਾਕਟਰ ਅਸੀਂ ਕਿ ਡਾਕਟਰ ਐਸ ਪੀ ਸੁਰਿੰਦਰ ਸਿੰਘ ਓਬਰਾਏ ਡਾਕਟਰ ਨੂੰ ਇਤਲਾਹ ਦਿੱਤੀ ਤਾਂ ਉਹਨਾਂ ਦੀ ਬਦੌਲਤ ਅੱਜ ਅਸੀਂ ਏਅਰਪੋਰਟ 'ਤੇ ਉਹਦੀ ਡੈੱਡ ਬੋਡੀ ਲੈਣ ਵਾਸਤੇ ਆਏ ਹਾਂ। ਡਾਕਟਰ ਓਬਰਾਏ ਦਾ ਬਹੁਤ ਬਹੁਤ ਧੰਨਵਾਦ, ਜਿਹਦੀ ਬਦੌਲਤ ਅਸੀਂ ਸਾਰਾ ਪਰਿਵਾਰ ਆਪਣੇ ਬੇਟੇ ਦਾ ਮੂੰਹ ਵੇਖ ਸਕੇ ਹਾਂ, ਜੋ ਕਿ ਅਸੀਂ ਇਹਨਾਂ ਦੀ ਬਦੌਲਤ ਹੀ ਇੱਥੇ ਆ ਕੇ ਆਏ ਡੈੱਡ ਬੋਡੀ ਲੈਣ 'ਤੇ। ਬਹੁਤ ਬਹੁਤ ਧੰਨਵਾਦ ਡਾਕਟਰ ਓਬਰਾਏ ਜੀ ਦਾ। ਹਾਂਜੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਵੱਲੋਂ ਅੱਜ ਅਸੀਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਇਸਾਂਸੀ ਵਿਖੇ ਆਏ ਹਾਂ। ਅੱਜ ਇੱਥੇ ਇੱਕ ਨੌਜਵਾਨ 24 ਸਾਲ ਜੀ ਦੀ ਉਮਰ ਸੀ, ਜਗਦੀਸ਼ ਸਿੰਘ, ਕੋਲੋਵਾਲ ਪਿੰਡ ਦਾ ਰਹਿਣ ਵਾਲਾ ਸੀ। ਉਹ ਲੜਕਾ ਪਿਛਲੇ 1.5 ਸਾਲ ਤੋਂ ਦੁਬਈ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਅਤੇ ਇਸ ਮਹੀਨੇ 17 ਤਰੀਕ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਲੜਕੇ ਦੀ ਜਿਹੜੀ ਸੀ ਉੱਥੇ ਡੈੱਥ ਹੋ ਗਈ ਸੀ। ਉਹਦੇ ਕੁਝ ਪਰਿਵਾਰਕ ਮੈਂਬਰ ਵੀ ਜਿਹੜੇ ਦੁਬਈ ਦੇ ਵਿੱਚ ਸਨ, ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਉਹਨਾਂ ਨੇ ਡਾਕਟਰ ਐਸ ਪੀ ਸਿੰਘ ਓਬਰਾਏ ਜੀ, ਜਿਹੜੇ ਬਾਨੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੀ ਨਾਲ ਸੰਪਰਕ ਕੀਤਾ ਅਤੇ ਉਹਨਾਂ ਦੇ ਯਤਨਾਂ ਨਾਲ ਅਤੇ ਕੌਂਸਲੇਟ ਜਿਹੜੀ ਹੈ ਦੁਬਈ ਦੇ ਵਿੱਚ ਉਹਨਾਂ ਦੀ ਮਦਦ ਦੇ ਨਾਲ ਅੱਜ ਉਸ ਨੌਜਵਾਨ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਇੱਥੇ ਏਅਰਪੋਰਟ ਵਿਖੇ ਆ ਰਹੀ ਹੈ ਅਤੇ ਅਸੀਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇੱਥੇ ਪਹੁੰਚੇ ਹਾਂ ਅਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਲੜਕੇ ਦੀ ਉਹ ਰਿਸੀਵ ਕਰਕੇ ਅਤੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਹੈ ਉਹ ਪਹੁੰਚਾਉਣੀ ਹੈ। ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮਦਦ ਦੇ ਨਾਲ ਲਗਭਗ 212 ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਵਾਰਸਾਂ ਦੇ ਜਿਹੜੀਆਂ ਪਹੁੰਚਾਈਆਂ ਗਈਆਂ ਨੇ ਅਤੇ ਉਹ ਆਪਣੇ ਜਿਹੜੇ ਅਜ਼ੀਜ਼ਾਂ ਦਾ ਜਿਹੜਾ ਅੰਤਿਮ ਰਸਮਾਂ ਜਿਹੜੀਆਂ ਉਹ ਨਿਭਾ ਸਕਦੇ ਨੇ ਅਤੇ ਆਉਣ ਵਾਲੇ 8-10 ਦਿਨਾਂ ਦੇ ਵਿੱਚ 2-3 ਮ੍ਰਿਤਕ ਦੇਹਾਂ ਹੋਰ ਵੀ ਨੇ ਜਿਹੜੀਆਂ ਜਲਦੀ ਜਿਹੜੀਆਂ ਭਾਰਤ ਲਿਆ ਕੇ ਅਤੇ ਉਹਨਾਂ ਦੇ ਵਾਰਸਾਂ ਨੂੰ ਜਿਹੜੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਆਪਣੇ ਅਜ਼ੀਜ਼ਾਂ ਦੇ ਜਿਹੜੇ ਅੰਤਿਮ ਰਸਮਾਂ ਜਿਹੜੀਆਂ ਉਹ ਨਿਭਾ ਸਕਣ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।